अमित शाह होरां दा किसानां दे वल की रुख हैगा, आने वाले समय दे विच की फैसले ले जा सकते ने? उन्हां दा रुख तां पहलां भी ठीक सी। किसानां दे वल्लों जिहड़ा अंदोलन किया जा रहा, किसान दिल्ली पहुंचे नेगे, हरियाणा दे अंदोलन किया जाए, प्रधानमंत्री दा काम थोड़ा हुंदा, इह तां गृह मंत्री दा काम आ, स्थिति दी व्यवस्था देखणा। जी हर गल ते प्रधानमंत्री ने थोड़ा बोलना हुंदा, रोश पाउंदे आ, किस गल दा रोश है? अरे भाई नतीजा एक दिन थोड़ा सामने आउंदा जी। किसान जद्दोजहद कर दिल्ली पहुंच चुके ने अते केंद्र दा सत्ता ठुकराउण तों वद बार्डर ते अड़े होए ने, तां दूजे पासे केंद्र वल्लों लगातार कोशिश कीती जा रही है कि किसान बराड़ी मैदान च इकट्ठे हो जान। किसानां दे प्रदर्शन नाल केंद्र सरकार नूं फर्क पैंदा नजर आ रहा, जिस दे नतीजे वजों केंद्र सरकार ने किसानां नाल सद्दी 3 दिसंबर दी मीटिंग नूं बदल के 1 दिसंबर कर दित्ती है, जिस दी पुष्टि चैनल पंजाब दी टीम नाल गल करदिआं बीजेपी आगू हरजीत सिंह गरेवाल ने कीती। दस दईए कि गरेवाल होरां वल्लों गृह मंत्री अमित शाह होरां नाल मीटिंग भी कीती गई। आओ तुहानूं सुणाउंदे हां गरेवाल दा की कहना। केंद्र दे वल्लों हुण फैसला लिया गया किसानां दे नाल 3 दिसंबर दी जगह 1 दिसंबर नूं मीटिंग दा। ਬਰਾੜੀ ਮੈਦਾਨ ਸੈਟਲ ਹੋ ਜਾਣ ਸਾਰੇ, ਕਿਉਂਕਿ ਬਹੁਤ ਜ਼ਿਆਦਾ ਤਾਦਾਦ ਨੇ ਜੀ, ਤੇ ਉਹਨਾਂ ਦੀ ਹੈਲਥ ਦਾ, ਉਹਨਾਂ ਦੇ ਲਈ ਟੋਇਲਟ ਦਾ, ਸੁਵਿਧਾਵਾਂ ਦਾ ਇੰਤਜ਼ਾਮ ਸਰਕਾਰ ਨੇ ਕੀਤਾ ਉੱਥੇ, ਬਹੁਤ ਵੱਡਾ ਮੈਦਾਨ ਆ, ਸੋਸ਼ਲ ਡਿਸਟੈਂਸਿੰਗ ਦਾ ਵੀ ਕੀਤਾ ਜੀ, ਤੇ ਉੱਥੇ ਇਸ ਕਰਕੇ ਉਹਨਾਂ ਨੂੰ ਕਿਹਾ ਗਿਆ ਜੀ, ਤੇ ਉਹ ਜੇ ਉੱਥੇ ਬੈਠ ਜਾਣ ਤਾਂ ਉਸ ਤੋਂ ਦੂਸਰੇ ਦਿਨ ਹੀ ਗੱਲ ਹੋ ਜੀ ਕਿ ਇਹ ਗੱਲ ਹੋਈ। ਠੀਕ ਹੈ ਜੀ, ਪਰ ਗਰੇਵਾਲ ਸਾਹਿਬ ਕਿਸਾਨ ਤਾਂ ਅੜੇ ਹੋਏ ਨੇ ਕਿ ਅਸੀਂ ਬਰਾੜੀ ਮੈਦਾਨ ਦੇ ਵਿੱਚ ਨਹੀਂ ਜਾਵਾਂਗੇ। ਉਹਨਾਂ ਚ ਮਹਿਲਾਵਾਂ ਵੀ ਨੇ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਉਹਨਾਂ ਦੀ ਚਿੰਤਾ, ਸਰਦੀ ਦਾ ਟਾਈਮ ਆ, ਜੇ ਇਸ ਤਰ੍ਹਾਂ ਅੜੇ ਰਹਿਣਗੇ ਕੋਈ ਅੱਛੀ ਗੱਲ ਨੀ ਹੈ ਜੀ ਜੀ, ਇਹ ਉਹਨਾਂ ਦੀ ਸੁਵਿਧਾ ਦੇ ਲਈ ਹੈ, ਜਦੋਂ ਬਾਅਦ ਚ ਜਿੱਥੇ ਜਾਣ ਜਾ ਸਕਦੇ ਨੇ, ਇੱਕ ਵਾਰ ਸੈਟਲ ਤਾਂ ਹੋ ਜਾਣਾ ਜੀ ਜੀ ਜੀ। ਗਰੇਵਾਲ ਸਾਹਿਬ, ਤੁਹਾਡੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ ਨੇ, ਕਿਹੜੇ ਪੱਖ ਉਜਾਗਰ ਕੀਤੇ ਗਏ ਨੇ? ਸਾਰੀ ਪੰਜਾਬ ਦੀ ਸਿਚੁਏਸ਼ਨ ਤੇ ਗੱਲ ਹੋਈ, ਕਿਸਾਨ ਫਾਰਮਰਸ ਐਜੀਟੇਸ਼ਨ ਤੇ ਹੋਈ, ਇਹਨੂੰ ਕਿਸ ਤਰ੍ਹਾਂ ਦਾ ਸੋਲੂਸ਼ਨ ਆਉਣਾ, ਉਹਦੇ ਤੇ ਹੋਈ, ਹੋਰ ਕੀ ਸੀ ਜੀ ਜੀ ਜੀ। ਸਰ ਤੁਸੀਂ ਅਮਿਤ ਸ਼ਾਹ ਹੋਰਾਂ ਦੇ ਨਾਲ ਮੀਟਿੰਗ ਕਰਕੇ ਆਏ ਹੋ, ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਅਮਿਤ ਸ਼ਾਹ ਹੋਰਾਂ ਦਾ ਕਿਸਾਨਾਂ ਦੇ ਵੱਲ ਕੀ ਰੁੱਖ ਹੈਗਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਫੈਸਲੇ ਲੈ ਜਾ ਸਕਦੇ ਨੇ? ਉਹਨਾਂ ਦਾ ਰੁੱਖ ਤਾਂ ਪਹਿਲਾਂ ਵੀ ਠੀਕ ਸੀ, ਭਾਰਤ ਸਰਕਾਰ ਔਰ ਸਾਡੇ ਪ੍ਰਧਾਨ ਮੰਤਰੀ ਜੀ ਔਰ ਸਾਡੇ ਮਿਨਿਸਟਰ ਸਾਹਿਬਾਨ ਜੀ ਸਾਰੇ ਕਿਸਾਨਾਂ ਦੇ ਹਿੱਤ ਚ ਨੇ ਜੀ ਜੀ, ਪਾਰਟੀ ਵੀ ਸਾਡੀ ਕਿਸਾਨਾਂ ਦੇ ਹਿੱਤ ਚ, ਕਾਨੂੰਨ ਵੀ ਇਹੀ ਸੋਚ ਕੇ ਬਣਾਏ ਨੇ ਕਿਸਾਨਾਂ ਦੇ ਹਿੱਤੋਂ ਕਾਨੂੰਨ ਨੇ ਜੀ, ਜੇ ਕਿਸਾਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਹਿੱਤ ਚ ਨੇ ਜੀ, ਤਾਂ ਉਹ ਫਿਰ ਉਹਦੇ ਲਈ ਬੈਠ ਕੇ ਟੇਬਲ ਟਾਕ ਹੁੰਦੀ ਆ, ਰਸਤਾ ਹੁੰਦਾ ਜੀ, ਉਹ ਆਪਣੀ ਗੱਲ ਸਰਕਾਰ ਰੱਖਦੀ ਹੈ, ਕਿਸਾਨ ਆਪਣੀ ਗੱਲ ਰੱਖਦੇ ਆ, ਸਿੱਧੀ ਆਪਸ ਚ ਗੱਲ ਹੋ ਰਹੀ ਹੈ, ਪਹਿਲਾਂ ਵੀ ਕਰਵਾਈ ਆ ਜੀ, ਇਹ ਥੋੜਾ ਕਿ ਐਜੀਟੇਸ਼ਨ ਚੱਲ ਰਹੀ, ਕਿਸਾਨ ਦਿੱਲੀ ਆ ਗਏ ਤਾਂ ਗੱਲ ਹੋ ਰਹੀ ਹੈ, ਉਸ ਤੋਂ ਪਹਿਲਾਂ ਵੀ ਤਾਂ ਹੋਈ ਆ ਜੀ ਜੀ, ਤੇ ਗੱਲਾਂ ਹੋ ਰਹੀਆਂ ਨੇ, ਸਾਰਾ ਠੀਕ ਹੋਏਗਾ, ਦਰੁਸਤ ਹੋਏਗਾ ਜੀ। ਗਰੇਵਾਲ ਸਾਹਿਬ, ਕਿਸਾਨਾਂ ਦੇ ਨਾਲ ਕੇਂਦਰ ਦੀ ਇਸ ਤੋਂ ਪਹਿਲਾਂ ਵੀ 2 ਮੀਟਿੰਗਾਂ ਹੋਈਆਂ ਨੇਗੀਆਂ, ਉਹਨਾਂ ਦਾ ਹਾਲਾਂਕਿ ਕੋਈ ਜ਼ਿਆਦਾ ਨਤੀਜਾ ਸਾਹਮਣੇ ਨਹੀਂ ਆਇਆ? ਅਰੇ ਬਈ ਨਤੀਜਾ ਇੱਕ ਦਿਨ ਚ ਥੋੜਾ ਸਾਹਮਣੇ ਆਉਂਦਾ ਜੀ, ਉਹ ਤਾਂ ਇੱਕ ਦੂਜੇ ਨੂੰ ਸਮਝਾਉਣਾ ਪੈਂਦਾ, ਸਮਝਣਾ ਪੈਂਦਾ, ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਟੀਮ ਬੈਠੀ ਸੀ, ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਟੀਮ ਬੈਠੀ ਸੀ, ਸੈਂਟਰਲ ਮਿਨਿਸਟਰ 3-3 ਬੈਠੇ 7 ਘੰਟੇ, ਕਿਸਾਨ ਬੈਠੇ, ਕਿਸਾਨਾਂ ਨੇ ਉਸ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਸਾਡੀ ਗੱਲਬਾਤ ਅੱਛੇ ਮਾਹੌਲ ਚ ਹੋਈ ਆ, ਇਹ ਅੱਗੇ ਵੀ ਵਧੂਗੀ ਜੀ, ਤੇ ਹੋਰ ਇਹਦੇ ਚ ਕੀ ਹੋ ਸਕਦਾ, ਇਹੀ ਤਾਂ ਗੱਲ ਹੁੰਦੀ ਹੈ ਜੀ। ਗਰੇਵਾਲ ਹੁੰਦੇ ਹੁੰਦੇ ਕਿਸੇ ਸੋਲੂਸ਼ਨ ਤੇ ਆਜੂ ਜੀ ਜੀ। ਗਰੇਵਾਲ ਸਾਹਿਬ, ਜਿਹੜੀ ਹੁਣ 1 ਦਸੰਬਰ ਨੂੰ ਮੀਟਿੰਗ ਹੋਣ ਵਾਲੀ ਆ, ਉਹਦੇ ਵਿੱਚ ਕਿਹੜੇ ਕਿਹੜੇ ਮੰਤਰੀ ਜਾਂ ਫਿਰ ਕਿਹੜੇ ਅਧਿਕਾਰੀ ਸ਼ਾਮਲ ਰਹਿ ਸਕਦੇ ਨੇ? ਉਹ ਪਹਿਲਾਂ ਤਾਂ ਕਿਸਾਨ ਜਿਹੜੇ ਇੱਕ ਜਗ੍ਹਾ ਸੈਟਲ ਹੋ ਜਾਣ ਜਾ ਕੇ ਜੀ, ਤੇ ਹੈਲਥ ਦੀ ਕੋਈ ਸਮੱਸਿਆ ਨਾ ਹੋਵੇ, ਔਰ ਸਰਦੀ ਦੀ ਵਜ੍ਹਾ ਕਰਕੇ ਮਹਿਲਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜੀ, ਕੋਵਿਡ ਦੀ ਵਜ੍ਹਾ ਕਰਕੇ ਸੋਸ਼ਲ ਡਿਸਟੈਂਸ ਮੇਨਟੇਨ ਰਹੇ ਜੀ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਉਸ ਤੋਂ ਬਾਅਦ ਗੱਲ ਤਾਂ ਹੋ ਹੀ ਜਾਣੀ ਹੈ, ਗੱਲ ਦੇ ਵਿੱਚ ਕੋਈ ਦਿੱਕਤ ਨਹੀਂ ਜੀ ਜੀ, ਔਰ ਉਹਦੇ ਵਿੱਚ ਭਾਰਤ ਸਰਕਾਰ ਦੇ ਜਿਹੜੇ ਕੰਸਰਨ ਮਿਨਿਸਟਰ ਨੇ ਸਾਰੇ ਬੈਠਣਗੇ, ਠੀਕ ਹੈ, ਅਮਿਤ ਸ਼ਾਹ ਜੀ ਨੇ ਕਿਹਾ ਕਿ ਮੈਂ ਵੀ ਬੈਠਾਂਗਾ, ਰਾਜਨਾਥ ਸਿੰਘ ਵੀ ਬੈਠਣਗੇ, ਔਰ ਬਾਕੀ ਲੋਕ ਵੀ ਬੈਠਣਗੇ ਜੀ ਜੀ ਜੀ। ਅੱਛਾ, ਇੱਕ ਗਰੇਵਾਲ ਸਾਹਿਬ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਮਨ ਕੀ ਬਾਤ ਕੀਤੀ ਗਈ, ਹੈ ਨਾ, ਉਹਨਾਂ ਨੇ ਮਨ ਕੀ ਬਾਤ ਦੇ ਵਿੱਚ ਕਿਸਾਨੀ ਪ੍ਰਦਰਸ਼ਨ ਦੇ ਬਾਬਤ ਕੋਈ ਵੀ ਗੱਲ ਨਹੀਂ ਕੀਤੀ, ਜਿਸ ਤੋਂ ਬਾਅਦ ਉਹਦਾ ਕਿਸਾਨਾਂ ਦੇ ਵਿੱਚ ਰੋਸ ਵੀ ਨਜ਼ਰ ਆ ਰਿਹਾ।
ਅਰੇ ਬਈ ਕਿਉਂ ਨਹੀਂ ਕੀਤੀ ਕਿਸਾਨਾਂ ਬਾਰੇ ਗੱਲ ਤਾਂ ਕੀਤੀ ਹੈ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਕਿਸਾਨਾਂ ਬਾਰੇ ਗੱਲ ਕੀਤੀ ਹੈ ਪਰ ਕਿਸਾਨਾਂ ਦੇ ਵੱਲੋਂ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਕਿਸਾਨ ਦਿੱਲੀ ਪਹੁੰਚੇ ਨੇਗੇ ਹਰਿਆਣਾ ਦੇ ਅੰਦੋਲਨ ਕੀਤਾ ਜਾਏ ਪ੍ਰਧਾਨ ਮੰਤਰੀ ਦਾ ਕੰਮ ਥੋੜਾ ਹੁੰਦਾ ਇਹ ਤਾਂ ਗ੍ਰਹਿ ਮੰਤਰੀ ਦਾ ਕੰਮ ਆ ਦਿੱਲੀ ਦੀ ਵਿਵਸਥਾ ਦੇਖਣਾ ਹਰਿਆਣਾ ਦੀ ਵਿਵਸਥਾ ਦੇਖਣਾ ਮੁੱਖ ਮੰਤਰੀ ਦਾ ਕੰਮ ਆ ਔਰ ਪੰਜਾਬ ਦੀ ਵਿਵਸਥਾ ਦੇਖਣਾ ਉੱਥੋਂ ਦੀ ਸਰਕਾਰ ਦਾ ਕੰਮ ਆ ਲਾਅ ਐਂਡ ਆਰਡਰ ਉਹਨਾਂ ਕੋਲ ਹੁੰਦਾ ਹਰ ਗੱਲ ਤੇ ਪ੍ਰਧਾਨ ਮੰਤਰੀ ਨੇ ਥੋੜਾ ਬੋਲਣਾ ਹੁੰਦਾ ਰੋਸ ਪਾਉਂਦੇ ਆ ਕਿਸ ਗੱਲ ਦਾ ਰੋਸ ਆ अमित शाह भी मौजूद होंगे। हालांकि इस बाबत हाले किसान जथेबंदियों का पक्ष सामने नहीं आया। पल पल की जानकारी लई देखते रहो चैनल पंजाब।